2022 ਦੀਆਂ ਚੋਣਾਂ ਵਿੱਚ ਸਿਰਫ ਕੁਝ ਦਿਨ ਬਾਕੀ ਨੇ ਤੇ ਇਹਨਾਂ ਦਿਨਾਂ ਵਿੱਚ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਸਿਰਫ ਇੱਕੋ ਗੱਲ ਚੱਲ ਰਹੀ ਏ ਕਿ ਆਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਹੋਣੇ ਚਾਹੀਦੇ ਨੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਨੇ ਆਪਣਾ CM ਫੇਸ ਜੋ ਭਗਵੰਤ ਮਾਨ ਨੂੰ ਐਲਾਨਿਆ ਏ, ਉਸ ਤੋਂ ਬਾਅਦ ਪੂਰਾ ਪੰਜਾਬ ਇੱਕਜੁੱਟ ਹੋ ਕੇ ਭਗਵੰਤ ਮਾਨ ਦੀ ਸਪੋਰਟ ਕਰ ਰਿਹਾ ਏ। ਆਏ ਦਿਨ ਭਗਵੰਤ ਮਾਨ ਦੀ ਸਪੋਰਟ ਵਿੱਚ ਕੋਈ ਨਾ ਕੋਈ ਵੀਡੀਓ ਯੁਵਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਰਹਿੰਦੀ ਆ ਤੇ ਇਸੇ ਤਰ੍ਹਾਂ ਭਗਵੰਤ ਮਾਨ ਦੀ ਸਪੋਰਟ 'ਚ ਇੱਕ ਵੀਡੀਓ ਯੁਵਾ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਤੇ ਬੱਬੂ ਮਾਨ ਨੇ ਲਾਈਵ ਸਟੇਜ ਤੇ ਭਗਵੰਤ ਮਾਨ ਦੇ ਬਾਰੇ ਵਿੱਚ ਕੀ ਕਿਹਾ ਉਹ ਤੁਸੀਂ ਖੁਦ ਸੁਣੋ। ਆਪਣਾ ਯਾਰ ਹੈ ਭਗਵੰਤ, ਖੂਹ 'ਚ ਛਾਲ ਮਾਰੂਗਾ ਆਪਾਂ ਨਾਲ ਮਾਰ ਦੇਣੇ, ਗੱਲ ਖਤਮ। ਲੈਣ ਕੱਢ ਕੇ ਤੁਰੋ, ਜੇ ਭਗਵੰਤ ਨੂੰ ਵੋਟ ਪਾਉਣੇ ਤਾਂ ਹੱਥ ਖੜੇ ਕਰ ਦੋ, ਨਹੀਂ ਤਾਂ ਨਾ ਕਰੋ। ਇਸ ਹਲਕੇ 'ਚ ਜੇ ਭਗਵੰਤ ਜਿੱਤ ਗਿਆ ਤਾਂ ਮੈਂ ਤੁਹਾਡੇ ਨਾਲ ਇੰਨਾ ਕੁ ਵਾਅਦਾ ਕਰ ਸਕਦਾ, ਬਹੁਤੇ ਤਾਂ ਮੈਨੂੰ ਆਉਂਦੇ ਨੇ ਲਾਰੇ ਰੁਪਏ ਜੇ ਨਾ, ਮੈਨੂੰ ਇਹ ਭਾਸ਼ਾ ਆਉਂਦੀ ਹੈ ਵੀ ਭਗਵੰਤ ਮਾਨ ਕਦੇ ਹੋਟਲ ਵਾਲੀ ਗੱਡੀ 'ਚ ਨੀ ਇਸ ਇਲਾਕੇ 'ਚ ਲੰਘੂਗਾ। ਜਿਸਨੇ ਦੀ ਗੱਡੀ ਤੇ ਲਾਲ ਬੱਤੀ ਲੰਘ ਗਈ ਉਦਣੇ ਸਾਡਾ ਦੋਸਤ ਨੇ, ਅਸੀਂ ਕਾਟੀ ਮਾਰ ਦਾਂਗੇ। ਇਹ ਤੁਹਾਡੇ ਵਾਂਗੂ ਸ਼ੁਰੂ ਹੋਏ ਸੜਕਾਂ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦੋਸਤੋ, ਬੱਬੂ ਮਾਨ ਦੀਆਂ ਇਹਨਾਂ ਗੱਲਾਂ ਬਾਰੇ ਕੀ ਵਿਚਾਰ ਨੇ ਤੁਹਾਡੇ, ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।